ਸਿੰਘ ਅਮਰ ਰਹੇ, ਅਮਰ ਰਹੇ, ਅਮਰ ਰਹੇ। ਸ੍ਰੀ ਦਰਬਾਰ ਸਿੰਘ ਜੀ ਅਮਰ ਰਹੇ, ਅਮਰ ਰਹੇ, ਅਮਰ ਰਹੇ। ਸੋਚ ਤੇ ਜਸਵਿੰਦਰ ਸਿੰਘ ਪਿੰਡ ਅੱਖੜੀ। ਹਾਂ ਸਰ ਜੀ, ਜਿਹੜੀ ਇਹ ਸੁਰਿੰਦਰ ਸਿੰਘ ਦੀ 4 ਤਰੀਕ ਨੂੰ ਹੋਈ ਸੀਗੀ ਡੈਥ ਹੋਈ ਸੀਗੀ, ਅਤੇ ਅੱਜ ਸਿਵਲ ਹੋਸਪਿਟਲ ਦੇ ਪੋਸਟਮਾਰਟਮ ਕਰਵਾਉਣ ਆਏ ਹਾਂ, ਕੀ ਕਹਿਣਾ ਚਾਹੁੰਦੇ? ਸਰ ਸਾਡਾ ਜੋ ਕੱਲ੍ਹ ਰਾਤੀ ਸ਼ਾਮੀ ਸਮਝੌਤਾ ਹੋਇਆ ਪ੍ਰਸ਼ਾਸਨ ਨਾਲ ਗੱਲਬਾਤ ਜ਼ਰੀਏ, ਅਤੇ ਅਸੀਂ ਠੀਕ ਆ, ਸੰਤੁਸ਼ਟ ਆ। ਬਾਕੀ ਅੱਜ ਹੁਣ ਮੈਡੀਕਲ ਹੋ ਕੇ ਅਸੀਂ ਇੱਥੋਂ ਸ਼ੰਭੂ ਮੋਰਚੇ ਜਾਵਾਂਗੇ, ਉਹ ਤੋਂ ਬਾਅਦ ਦੁਪਹਿਰ ਦੇ ਤਕਰੀਬਨ ਬਾਅਦ ਅਸੀਂ ਸੰਸਕਾਰ ਕਰਾਂਗੇ। ਹੁਣ ਤੁਸੀਂ ਪੁਲਿਸ ਦੀ ਜਿਹੜੀ ਕਾਰਵਾਈ ਹੈਗੀ ਉਹ ਤੋਂ ਸੰਤੁਸ਼ਟ ਹੈਗੇ ਆ? ਹਾਂਜੀ ਸਰ, ਜਿਹੜਾ ਵਾਧਾ ਕੀਤਾ 120 ਵੀ ਪਾਈ ਆ, ਉਹ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਸੀ ਮੰਨ ਲਈਆਂ, ਅਤੇ ਅਸੀਂ ਉਹ ਤੋਂ ਸੰਤੁਸ਼ਟ ਹਾਂ। ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਪਰ ਸਖ਼ਤ ਕਾਰਵਾਈ ਕਰਨ ਦਾ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ। ਮੈਂ ਕਾਕਾ ਸਿੰਘ ਕੋਲਡਾ, ਸੂਬਾ ਜਾਰੋ 71 ਭਾਰਤ ਸਿੱਧੂਪੁਰ। ਸਰ ਜੀ, ਸਰਕਾਰ ਨੇ ਕੀ ਭਰੋਸਾ ਦਵਾਇਆ ਹੈਗਾ? ਸਰ ਦੇਖੋ, ਸਰਕਾਰ ਨੇ ਭਰੋਸਾ ਨਹੀਂ ਗਾ, ਜਿਹੜੀ ਚੋਣ ਜ਼ਾਬਤੇ ਨੂੰ ਧਿਆਨ 'ਚ ਰੱਖਦੇ ਹੋਏ ਉਹ ਜਿਹੜਾ ਅਸੀਂ ਪੂਰਾ ਲਿਖਤੀ ਲਿਖਤਾ ਉਹ ਸਾਡੇ ਕੋਲ ਆ, ਜਿਹੜੀਆਂ ਉਹਦੇ ਵਿੱਚ ਮੇਨ ਮੰਗ ਸੀ ਜਿਹੜੀ ਅਸਲ ਦੇ ਵਿੱਚ, ਜਿਹੜੀ 4 ਮਈ ਨੂੰ ਇਹ ਘਟਨਾ ਵਾਪਰੀ ਆ, ਉਹਦੀ ਜਿਹੜੀ FIR ਦਰਜ ਹੋ ਗਈ ਆ, ਉਹਦੇ ਵਿੱਚ ਇੱਕ ਨਾਂ ਜਿਹੜਾ ਦਰਜ ਆ, ਜਿਹਨੂੰ ਅਸੀਂ ਅਰੈਸਟ ਕਰਾਉਣ ਵਾਸਤੇ ਜਿਹੜਾ ਪ੍ਰੋਗਰਾਮ ਦਿੱਤਾ ਸੀ ਇਹਨਾਂ ਨੂੰ ਪ੍ਰਸ਼ਾਸਨ ਨੂੰ, 48 ਘੰਟਿਆਂ ਦੇ ਵਿੱਚ ਉਹਨਾਂ ਨੇ ਕੁਛ ਨਹੀਂ ਕੀਤਾ। 8 ਮਈ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਦੋਨੇ ਗੁਰੂਆਂ ਵੱਲੋਂ ਵੀ 8 ਮਈ ਨੂੰ ਅਸੀਂ ਜਿਹੜਾ ਰਾਣੀ ਦੇ ਮਹਿਲ ਦਾ ਘਰੋਂ ਕਰਾਂਗੇ। ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕ ਕੱਲ੍ਹ ਪੂਰੀ ਕੋਸ਼ਿਸ਼ ਕੀਤੀ ਆ ਸਰਕਾਰ ਨੇ, ਪ੍ਰਸ਼ਾਸਨ ਨੇ ਰੋਕਣ ਦੀ, ਰੋਕਾਂ ਦੇ ਬਾਵਜੂਦ ਵੀ ਅਸੀਂ ਜਿਹੜੇ ਉੱਥੇ ਆਪਦੇ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਤਕਰੀਬਨ ਸਾਡੇ ਨਾਲ ਜਿਹੜੀ ਮੀਟਿੰਗ ਹੈ ਉਹ 4 ਵਜੇ ਸ਼ੁਰੂ ਹੋਈ ਹੈ, ਲਗਭਗ 2 ਘੰਟੇ ਚੱਲੀ, 6 ਵਜੇ ਨੂੰ ਜਿਹੜਾ ਮੇਨ ਅਸੀਂ ਉਹਦੇ ਵਿੱਚ ਸੀ ਵੀ ਜਿਹੜੀ FIR ਦਰਜ ਹੋ ਗਈ ਹੈ, ਇੱਕ ਦੋਸ਼ੀ ਦਾ ਨਾਂ ਆ ਗਿਆ, ਉਹਨੂੰ ਹਜੇ ਤੱਕ ਅਰੈਸਟ ਨਹੀਂ ਕੀਤਾ, ਨਾਲ ਇਹਦੇ ਵਿੱਚ ਵਾਧਾ, ਜਿਵੇਂ ਜੁਰਮ 'ਚ ਨਹੀਂ ਕਹਿੰਦੇ, ਜੁਰਮ 'ਚ ਵਾਧਾ ਕਰਕੇ 120 ਵੀ ਲਾ ਕੇ ਜਿਹੜੇ ਉੱਥੇ ਘਟਨਾ ਦੇ ਵਿੱਚ ਹੋਰ ਸੀ ਜਿਹੜੇ, ਉਹ ਸਾਰਿਆਂ ਨੂੰ ਸ਼ਾਮਲ ਕਰਕੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਪਹੁੰਚਾਇਆ ਜਾਵੇ। ਇਹ ਸਾਡੀ ਰਾਤ ਉਹਦੀ ਗੱਲ ਹੋਈ ਹੈ, ਜਿਹੜੀ ਕੁਛ ਮੀਡੀਆ 'ਚ ਵੀ ਆਈ ਹੈ ਖਬਰਾਂ ਵੀ 8 ਦਿਨ ਦਾ ਤੁਸੀਂ ਟਾਈਮ ਦਿੱਤਾ, 8 ਦਿਨ ਦਾ ਅਸੀਂ ਟਾਈਮ, 4 ਹਫ਼ਤਿਆਂ ਦਾ ਟਾਈਮ ਨਹੀਂ ਦਿੱਤਾ, ਉਹ ਇੱਕ ਸੈੱਟ ਬਣੀ ਆ। ਗ੍ਰਿਫਤਾਰੀ ਤਾਂ ਅਸੀਂ ਉਹਨਾਂ ਨੇ ਕਿਹਾ ਪ੍ਰਸ਼ਾਸਨ ਨੇ ਵੀ ਅਸੀਂ ਜਲਦੀ ਤੋਂ ਜਲਦ ਕਰਾਂਗੇ। 18 ਤਰੀਕ ਨੂੰ ਸਾਡੀ ਮੁੜ ਜਿਹੜੀ ਮੀਟਿੰਗ ਹੋਊਗੀ ਵੀ ਹੁਣ ਤੱਕ ਕੀ ਕੀਤਾ, ਕਿੱਥੋਂ ਤੱਕ ਪਹੁੰਚੇ, ਉਹ ਸਾਰੀ 18 ਤਰੀਕ ਨੂੰ ਮੀਟਿੰਗ ਹੈ। ਸਰ ਜੀ, ਅੱਜ ਸਰਜੀਤ ਸਿੰਘ ਬੂਲ ਜੀ ਖੜੇ ਨੇ। ਸਰ ਜੀ, ਅੱਜ ਜਿਹੜਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਫਿਰ ਲਾਸ਼ ਕਿੱਥੇ ਲੈ ਕੇ ਜਾਓਗੇ? ਸਰ ਕੀਰਾ ਸਿੰਘ ਤੋਂ ਬਾਅਦ ਸਾਰੇ ਆਗੂ ਸਾਡੇ ਆ ਰਹੇ ਆ, ਵਿਚਾਰ ਕੇ ਅਸੀਂ ਦੱਸ ਕੇ ਜਿਵੇਂ ਸਾਡੀ ਰੀਜ ਆ ਉਵੇਂ ਜੇਕਰ ਅਸੀਂ ਮੋਰਚੇ 'ਚ ਜਾ ਕੇ ਫਿਰ ਪਿੰਡ ਜਾ ਕੇ ਸੰਸਕਾਰ ਹੁੰਦਾ। ਸਿੰਘ ਫੂਲ ਚੇਅਰਮੈਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ। ਸਰ, ਅੱਜ ਸੁਰਿੰਦਰਪਾਲ ਜੀ ਦਾ ਪੋਸਟਮਾਰਟਮ ਕਰਵਾਉਣ ਆਏ ਹਾਂ, ਕੀ ਕਹਿਣਾ ਚਾਹੁੰਦੇ ਹੋ? ਸਰ ਦੇਖੋ ਜੀ, ਪੋਸਟਮਾਰਟਮ ਤੋਂ ਪਹਿਲਾਂ ਇੱਕ ਤਾਂ ਜਿਹੜੀ ਕੱਲ੍ਹ ਰਾਤ ਗੱਲਬਾਤ ਹੋਈ ਅਧਿਕਾਰੀਆਂ ਨਾਲ, ਉਹਦੇ ਵਿੱਚ ਪਹਿਲਾਂ ਵੀ ਹੋਈ ਸੀ, 5 ਤਰੀਕ ਨੂੰ ਵੀ ਮੀਟਿੰਗ ਹੋਈ ਸੀਗੀ ਇੱਥੇ ਰਾਜਪੁਰ ਇੱਕ ਹੋਟਲ ਦੇ ਵਿੱਚ। ਉਹ ਗੱਲਾਂ ਉਦੋਂ ਕਈ ਗੱਲਾਂ ਡਿਸਾਈਡ ਨਹੀਂ ਹੋਈਆਂ ਸੀਗੀਆਂ, ਉਹਨਾਂ 'ਤੇ ਫੈਸਲਾ ਨਹੀਂ ਹੋਇਆ ਸੀਗਾ, ਅਧੂਰੀਆਂ ਰਹਿ ਗਈਆਂ ਸੀ, ਜਿਵੇਂ ਕੰਪਨਸੇਸ਼ਨ ਵਾਲੀ ਸੀਗੀ ਗੱਲ, ਉਹ ਵੀ ਸਹਿਮਤੀ ਨਹੀਂ ਹੋਈ ਸੀਗੀ ਉਸ ਦਿਨ। ਅਤੇ ਜੋ ਨੌਕਰੀ ਵਾਲਾ ਕੇਸ ਸੀਗਾ ਉਹਦਾ ਵੀ ਥੋੜ੍ਹਾ ਜਿਹਾ ਗੁੰਝਲਦਾਰ ਸੀਗਾ ਕੇਸ, ਜਿਹੜਾ ਵੀ ਵਾਰਸ ਦੇ ਤੌਰ 'ਤੇ
ਨੌਕਰੀ ਦਾ ਹੱਕਦਾਰ ਕੌਣ ਬਣਦਾ, ਉਹ ਵੀ ਉਹਦੇ ਉਹਨਾਂ ਨੇ ਪੂਰੇ ਕਲੀਅਰ ਨਹੀਂ ਕੀਤੇ। ਕੱਲ੍ਹ ਗੱਲ ਕਲੀਅਰ ਹੋਈ ਆ ਵੀ ਜਿਹੜਾ ਨੌਕਰੀ ਦਾ ਵਾਰਸ ਜਿਹੜਾ ਹੈਗਾ ਉਹ ਰੇਸ਼ਮ ਸਿੰਘ ਹੀ ਹੈ, ਅਤੇ ਪਰਿਵਾਰ ਦੀ ਵੀ ਸਹਿਮਤੀ ਹੈ ਜੇ ਕੋਈ ਹੋਰ ਦਾਅਵਾ ਕਰੂਗਾ ਕੋਈ ਤਾਂ ਉਹ ਦਾਅਵਾ ਨਹੀਂ ਮੰਨਿਆ ਜਾਊਗਾ। ਇਹਦੇ ਨਾਲ ਸੰਬੰਧਿਤ ਜੋ ਵੀ ਕੋਈ ਲੋੜੀਂਦੇ ਡਾਕੂਮੈਂਟ ਵਗੈਰਾ ਤਿਆਰ ਕਰਨੇ ਹੋਣਗੇ ਉਹ ਪ੍ਰਸ਼ਾਸਨ ਅਤੇ ਪਰਿਵਾਰ ਦੇ ਸਹਿਯੋਗ ਨਾਲ ਹੋਣਗੇ। ਸੋ ਇਹ ਗੱਲਾਂ ਤੈਅ ਹੋ ਕੇ ਸੈੱਟ ਨਹੀਂ ਬਣੀ ਸੀਗੀ, ਪਹਿਲਾਂ ਸੈੱਟ ਬਣ ਗਈ ਕੱਲ੍ਹ। ਇਦੋਂ ਬਿਨਾਂ ਇਹ ਵੀ ਖਤਰਾ ਸੀਗਾ ਵੀ ਉਹ ਬੰਦਾ ਅਪਰੋਚ ਹੈ ਉਹਦੀ BJP ਦਾ ਲੀਡਰ ਹੈ ਉਹ ਬਾਹਰ ਫੌਰਨ 'ਚ ਵੀ ਜਾ ਸਕਦਾ, ਜਿਹਦੇ ਕਰਕੇ ਕਾਰਵਾਈ ਰੁਕੀ ਰਹਿੰਦੀ ਹੈ। ਤਾਂ ਉਹ ਕੱਲ੍ਹ ਇੱਕ ਵੱਡਾ ਫੈਸਲਾ ਹੋਇਆ ਵੀ ਜਿਹੜਾ DC ਨੇ ਕਿਹਾ ਵੀ ਅੱਜ ਅਸੀਂ ਅੱਜ ਸਾਨੂੰ ਉਹਨਾਂ ਨੇ ਕਾਪੀ ਦੇ ਦੇਣੀ ਹੈ, ਜਿਹੜਾ ਲੁੱਕਆਊਟ ਸਰਕੂਲਰ ਹੁੰਦਾ ਹੈ ਜੇ ਉਹ ਜਾਰੀ ਹੋ ਜਾਵੇ ਫਿਰ ਕੋਈ ਵੀ ਕਿਸੇ ਵੀ ਏਅਰਪੋਰਟ ਤੋਂ ਬੰਦਾ ਬਾਹਰ ਫਲਾਈਟ ਨਹੀਂ ਕਰ ਸਕਦਾ। ਉਹ ਅੱਜ ਜਿਹੜਾ ਲੁੱਕਆਊਟ ਸਰਕੂਲਰ ਹੈ ਉਹ DC ਦੇ ਦਫ਼ਤਰ ਵੱਲੋਂ ਤਿਆਰ ਹੁੰਦਾ, DC ਦੇ ਸਾਈਨ ਹੁੰਦਾ, ਉਹ ਵੀ ਅੱਜ ਹੋ ਜੂਗਾ ਇਹ। ਅਤੇ ਜਿਹੜੀ ਦੂਸਰੀ ਉਹ ਹੈਗੀ 18 ਤਰੀਕ ਦੀ ਸਾਨੂੰ ਮੀਟਿੰਗ ਰੱਖੀ ਹੈ। ਉਹ ਦੂਸਰਾ ਤਾਂ ਜਿਹੜਾ ਚਲਾਉਣ ਵਾਲਾ ਕੇਸ ਹੁੰਦਾ ਇਨਵੈਸਟੀਗੇਸ਼ਨ ਦਾ ਹੁੰਦਾ ਉਹ ਚੱਲ ਮਹੀਨਾ ਵੀ ਲੱਗ ਸਕਦਾ 2 ਮਹੀਨੇ। ਜਿਹੜੀ ਸਾਨੂੰ ਉਹਨਾਂ ਨੇ 18 ਤਰੀਕ ਮੀਟਿੰਗ ਰੱਖੀ ਹੈ ਉਹ ਇਹ ਕਹਿੰਦੇ ਸੀਗੇ ਵੀ ਜਿਹੜੀਆਂ ਤੁਸੀਂ ਵੀਡੀਓ ਪੇਸ਼ ਕੀਤੀਆਂ ਉਹ ਬੰਦੇ ਦੇ ਧੱਕਾ ਮੁੱਕੀ ਕਰ ਦੇਣਗੀਆਂ, ਉਹਨਾਂ ਦੀ ਫੋਰੈਂਸਿਕ ਜਾਂਚ ਹੁੰਦੀ ਹੈ ਵੀ ਇਹ ਵੀਡੀਓ ਹੈ ਕਿਤੇ ਆਡਿਟ ਤਾਂ ਨਹੀਂ ਕੀਤੀ ਹੋਈ ਆਪਣੇ ਤੌਰ 'ਤੇ ਨਹੀਂ ਬਣਾਈ ਹੋਈ, ਉਹ ਸਾਰੀ ਫੋਰੈਂਸਿਕ ਰਾਹੀਂ ਪਤਾ ਲੱਗਦਾ ਵੀ ਓਰੀਜਨਲ ਹੈ ਇਹ ਸਹੀ ਹੈ। ਉਹਦੀ ਖਾਤਰ ਉਹਨਾਂ ਨੇ ਆਹ ਜਿਹੜੇ 10 ਦਿਨ ਲਏ ਆ ਉਹਦੀ ਫੋਰੈਂਸਿਕ ਜਾਂਚ ਦੀ ਖਾਤਰ, ਜਾਂ ਜਿਹੜੇ ਹੋਰ ਹੈ ਬਿਆਨ ਲੈਣੇ ਨੇ ਕੁਛ ਜਿਹੜੇ ਮੌਕੇ 'ਤੇ ਗਵਾਹਾਂ ਦੇ ਕੁਛ ਰਹਿੰਦੇ ਆ ਉਹਨਾਂ ਦੀ ਖਾਤਰ ਲਏ ਨੇ। ਅਤੇ ਉਹ ਇਹ ਸਾਰੀਆਂ ਚੀਜ਼ਾਂ ਜਦੋਂ ਡਿਸਾਈਡ ਹੋ ਗਈਆਂ ਫਿਰ ਇਹ ਫੈਸਲਾ ਹੋਇਆ। ਅੱਜ ਅਸੀਂ ਪੋਸਟਮਾਰਟਮ ਦੀ ਕਿਰਿਆ ਤੋਂ ਬਾਅਦ ਅਸੀਂ ਇਹ ਵੀ ਮੰਗ ਕੀਤੀ ਸੀਗੀ ਵੀ ਪੋਸਟਮਾਰਟਮ ਦੇ ਵਿੱਚ ਕੋਈ ਪੱਖਪਾਤ ਨਾ ਹੋਵੇ, ਕਿਉਂਕਿ ਹੁੰਦਾ ਇਹ ਵੀ ਕਈ ਵਾਰੀ ਜਿਹੜਾ ਬੰਦਾ ਤਕੜਾ ਬੰਦਾ ਹੁੰਦਾ ਅਪਰੋਚ ਕਰਕੇ ਉਹਦੇ 'ਚ ਆਪਦੇ ਹਿਸਾਬ ਨਾਲ ਰਿਪੋਰਟ ਬਣਾ ਲੈਂਦਾ ਹੁੰਦਾ, ਕਿਉਂਕਿ ਜਿਹੜੀ ਡਾਕਟਰ ਦੀ ਰਿਪੋਰਟ ਹੈ ਉਹ ਸਾਰੇ ਕੇਸ ਦਾ ਬੇਸ ਬਣਨੀ ਹੈ। ਸੋ ਅਸੀਂ ਇਹ ਵੀ ਕਿਹਾ ਵੀ ਇੱਕ ਡਾਕਟਰ ਨਾ ਉਹਦਾ ਪੋਸਟਮਾਰਟਮ ਕਰੇ, ਡਾਕਟਰਾਂ ਦਾ ਬੋਰਡ ਬਣੇ ਅਤੇ ਉਹ ਸਾਰੀ ਵੀਡੀਓਗ੍ਰਾਫੀ ਵੀ ਹੋਵੇ ਉਹਦੀ। ਉਹ ਹੁਣੇ ਅਸੀਂ ਗੱਲ ਕਰਕੇ ਆਏ SMO ਰਾਜਪੁਰਾ ਨਾਲ, ਉਹ ਕਹਿੰਦੇ ਵੀ ਦੋਨੇ ਗੱਲਾਂ ਸੁੱਟ ਗਈਆਂ, ਬੋਰਡ ਵੀ ਬਣ ਗਿਆ, ਇੱਕ ਬੰਦਾ ਨਹੀਂ ਡਾਕਟਰਾਂ ਦਾ ਜਿਹੜਾ ਬੋਰਡ ਹੈ ਉਹ ਪੋਸਟਮਾਰਟਮ ਕਰ ਰਿਹਾ ਅਤੇ ਉਹ ਵੀਡੀਓਗ੍ਰਾਫੀ ਵੀ ਹੋ ਰਹੀ ਹੈ, ਜਿਹਦੇ ਕਰਕੇ ਉਹ ਕਹਿੰਦੇ ਟਾਈਮ ਲੱਗ ਸਕਦਾ ਸੀਗਾ ਵੀ ਟਾਈਮ ਦੇ ਨਹੀਂ ਜੇ ਘੰਟਾ ਤਾਂ ਭਾਵੇਂ 2 ਘੰਟੇ ਲਓ, ਪਰ ਇਹਦੀ ਪੂਰੀ ਸਹੀ ਰਿਪੋਰਟ ਦੀ ਜਿਹੜੀ ਰਿਪੋਰਟ ਹੈ ਬਣਨੀ ਚਾਹੀਦੀ ਜੇ ਪੱਖਪਾਤ ਦੇ ਹੋਵੇ। ਉਸ ਤੋਂ ਬਾਅਦ ਸਾਡਾ ਹੈਗਾ ਹੀ ਹੈ ਵੀ ਅਸੀਂ ਇਹਨੂੰ ਜਿਹੜਾ ਸਾਡਾ ਜਿਵੇਂ ਪਹਿਲਾਂ ਜ਼ਿਲ੍ਹੇ ਸ਼ਹੀਦ ਹੋਇਆ ਮੋਰਚੇ 'ਚ ਲਗਭਗ 20 ਦੇ ਲਗਭਗ ਬੀਬੀਆਂ ਅਤੇ ਸਾਡੇ ਕਿਸਾਨ ਹੈ ਉਹ ਸ਼ਹੀਦ ਹੋ ਚੁੱਕੇ ਹੈ। ਕੱਲ੍ਹ ਭੈਣ ਖਨੌਰੀ 'ਤੇ ਹੋਈ, ਇੱਕ ਕੱਲ੍ਹ ਭੈਣ ਖਨੌਰੀ 'ਤੇ ਸ਼ਹੀਦ ਹੋਈ ਆ, ਉਹਦੇ ਸਮੇਤ 21 ਦਾ ਨੰਬਰ ਹੋ ਗਿਆ। ਸੋ ਅਸੀਂ ਸਾਰਿਆਂ ਦੀ ਸਾਡੀ ਜਿਹੜੀ ਦੋਹਾਂ ਮੋਰਚਿਆਂ ਵੱਲੋਂ ਜਿਹੜੀ ਇੱਕ ਰਵਾਇਤ ਹੈ ਰਸਮ ਹੈ ਵੀ ਉਹ ਸਾਰੇ ਇੱਕ ਪਰਿਵਾਰ ਦਾ ਨਹੀਂ ਹੁੰਦਾ, ਸਾਰੇ ਕਿਸਾਨਾਂ ਦਾ, ਸਾਰੇ ਮੋਰਚਾ ਜਿਹੜਾ ਲੜ ਰਹੇ ਸਾਰੇ ਕਿਸਾਨਾਂ ਦਾ ਉਹ ਸਾਂਝਾ ਸ਼ਹੀਦ ਹੁੰਦਾ, ਸਾਰਿਆਂ ਨੂੰ ਹੁੰਦਾ ਵੀ ਉਹ ਜਿਵੇਂ ਆਪਾਂ ਸਨਮਾਨ ਦੇ ਨਾਲ ਉਹਨੂੰ ਵਿਦਾ ਕਰਨਾ ਹੁੰਦਾ ਵੀ ਉੱਥੇ ਉਹ ਜਿਹੜੇ ਹੈ ਬਾਰਡਰ 'ਤੇ ਲਿਜਾਈ ਜਾਂਦੀ ਹੈ ਮੋਰਚੇ 'ਤੇ, ਉੱਥੋਂ ਸਾਰੇ ਜਿਹੜੇ ਜਿੰਨੇ ਵੀ ਹੁੰਦੇ ਆ ਉਹ ਉਹਨਾਂ ਨੂੰ ਫੁੱਲ ਭੇਟ ਕਰਦੇ ਆ, ਸ਼ਰਧਾ ਭੇਟ ਕਰਦੇ ਆ ਅਤੇ ਫਿਰ ਉਹ ਸਨਮਾਨ ਸਾਹਿਤ ਹੈ ਜਿਹੜੀ ਉਹਦੀ ਡੱਡ ਬੱਡ ਉਹ ਸੰਸਕਾਰ ਲਈ ਪਿੰਡ ਭੇਜੀ ਜਾਂਦੀ ਹੈ। ਸੋ ਉਹ ਅਸੀਂ ਪੋਸਟਮਾਰਟਮ ਤੋਂ ਬਾਅਦ ਅੱਜ ਕਰਾਂਗੇ, ਜਦੋਂ ਵੀ ਸਾਨੂੰ 11 ਵਜੇ 12 ਵਜੇ ਜਦੋਂ ਵੀ ਮਿਲ ਗਿਆ ਉਹ ਤੋਂ ਬਾਅਦ ਜਿਹੜੀ ਬਾਕੀ ਕਾਰਵਾਈ ਉਹ ਸ਼ਾਮ ਤੱਕ ਹੈ ਜਿਹੜਾ ਉਹ ਪੋਸਟਮਾਰਟਮ ਹੋਊਗਾ, ਉਹ ਸਾਰੇ ਅਸੀਂ ਗਰੁੱਪਾਂ 'ਚ ਪਾਸਾ, ਆਸੇ ਪਾਸੇ ਦੇ ਪਿੰਡਾਂ 'ਚ ਵੀ ਅਨਾਊਂਸ ਕਰਵਾਸਾ ਵੀ ਅੱਜ ਸ਼ਾਮ ਤੱਕ ਉਹਨਾਂ ਦਾ ਪੋਸਟਮਾਰਟਮ ਹੋ ਉਹਨਾਂ ਨਾਲ ਸੰਸਕਾਰ ਹੋਊਗਾ। ਸਤਿ ਸਿੰਘ ਦੀ ਜਿਹੜੀ ਡੈਥ ਹੋਈ ਸੀ ਤਾਂ ਅੱਜ ਉਹਦਾ ਪੋਸਟਮਾਰਟਮ ਹੋ ਰਿਹਾ, ਉਹਦੇ ਬਾਰੇ ਜਾਣਕਾਰੀ ਦਿਓ ਸਰ ਜੀ। ਜਿਹੜਾ ਚਾਰ
ਤਰੀਕ ਨੂੰ ਹੋਈ, ਪਿੱਛੇ 4 ਤਰੀਕ ਨੂੰ ਹੋਈ, ਕੇਂਦਰ ਪਾਰਟੀ ਦੀ ਨੌਕਰੀ ਹੋਈ, ਜਿਹਦੇ ਬਾਰੇ ਪਤਾ ਉਹਨਾਂ ਦੇ ਜਲਦੀ ਕੀਤਾ ਹੋਇਆ। ਉਹਦੇ ਬਾਰੇ ਪਹਿਲਾਂ ਪਰਿਵਾਰ ਅਤੇ ਕਿਸਾਨ ਕੀਤੇ ਪੁਸ਼ਪਾਲ, ਪਰ ਕੱਲ੍ਹ ਜਿਹੜਾ ਹੈ ਯੂਨੀਵਰਸਿਟੀ ਪਟਿਆਲਾ ਅਤੇ ਹੋਰ ਸੀਨੀਅਰ ਅਫਸਰ ਦੇ ਨਾਲ ਇਹਨਾਂ ਦੀ ਮੀਟਿੰਗ ਤੋਂ ਬਾਅਦ, ਵਿਚਾਰ ਵਟਾਂਦਰੇ ਤੋਂ ਬਾਅਦ, ਸਾਰੇ ਕੇਸ ਬਾਰੇ ਵਿਚਾਰਨ ਤੋਂ ਬਾਅਦ, ਪਰਿਵਾਰ ਅਤੇ ਜਿਹੜਾ ਜਥੇਬੰਦੀ ਮੈਂਬਰ ਸਾਹਿਬਾਂ ਪ੍ਰਧਾਨ ਵਗੈਰਾ ਜਿਹੜੇ ਨੇ ਉਹ ਪੋਸਟਮਾਰਟਮ ਦੇ ਰਾਜੀ ਹੋ ਗਏ ਨੇ, ਅਤੇ ਜਿਹੜਾ ਪੋਸਟਮਾਰਟਮ ਅੱਜ ਅਸੀਂ ਕਰਵਾ ਰਹੇ ਹੁਣ ਇੱਥੇ ਸਿਵਲ ਹਸਪਤਾਲ ਰਾਜਪੁਰਾ 'ਚ ਪੋਸਟਮਾਰਟਮ ਲਈ ਡਾਕਟਰ ਦੀਦੀ ਚੰਦ SMO ਸਿਵਲ ਹੋਸਪਿਟਲ ਰਾਜਪੁਰਾ। ਸਾਰੇ ਹੀ ਕਿਸਾਨ ਜਥੇਬੰਦੀਆਂ ਦਾ ਰਾਤ ਫੈਸਲਾ ਹੋਇਆ ਸੀ ਕਿ ਪੋਸਟਮਾਰਟਮ ਅੱਜ ਕਰਵਾਵਾਂਗੇ, ਅਸੀਂ ਅੱਜ ਕਰਵਾਵਾਂਗੇ, ਅਤੇ ਕਿਸਾਨ ਜਥੇਬੰਦੀਆਂ ਆਈਆਂ ਹੋਈਆਂ। ਹਾਂਜੀ, ਪੁਲਿਸ ਪੇਪਰ ਵੀ ਆ ਗਏ, ਕਿਸਾਨ ਜਥੇਬੰਦੀਆਂ ਵੀ ਆਈਆਂ, ਉਹਨਾਂ ਬਾਰਿਸ਼ ਵੀ ਆ ਗਏ, ਅਤੇ ਪੋਸਟਮਾਰਟਮ ਕਰਵਾ ਕੇ ਬੋਡੀ ਹੈਂਡ ਓਵਰ ਕਰਾਂ।